ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84 270 19 817। ਸੋ ਐਡ ਦੀ ਵੀਡੀਓ ਵਿੱਚ ਦੋ ਬੈੜਾ ਤਾਜ਼ੀਆਂ ਸੂਈਆਂ ਹੋਈਆਂ ਅਤੇ ਦੋ ਗੱਪਣਾ ਧਾਰਾ ਵਗੈਰਾ ਦੇਖੋ। ਸਟਾਰਟਿੰਗ ਦੇ ਵਿੱਚ ਪੂਰੇ ਸਾਫ਼ ਸੁਥਰੇ ਤਾਜ਼ੀਆਂ ਸੂਈਆਂ, ਜਿਵੇਂ ਜੇਰ ਵਗੈਰਾ ਦਾ ਕੰਮ ਸਾਰਾ ਡਾਨਾ। ਸੋ ਦੇਖੋ ਚਵਾਈ ਦੇਖੋ, ਪੂਰਾ ਮੋਟੇ ਮੋਟੇ ਥੱਲੇ ਸਾਫ਼ ਸੁਥਰੀਆਂ ਬੈੜਾਂ, ਦੋ ਸੂਈਆਂ ਵੇ ਤਾਜ਼ੀਆਂ, ਬੱਚੇ ਨਾਲ ਨਾੜੂਏ ਜੇਰ ਜਾਂ ਆਪਾਂ ਡਾਨਾ, ਅਤੇ ਦੋ ਦਿਖਾਵਾਂਗੇ ਗੱਭਣਾ ਆਪਾਂ। ਸੋ ਚਾਰਾਂ ਨਾਗਾਂ ਦੀ ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓ ਕੀ ਕਰੀਏ ਗੱਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਵੀਰ ਆਪਣਾ। ਚੰਗੀ ਹੈ ਜੀ, ਪਿੰਡ ਬਰਨਾਲਾ, ਸ਼ਹਿਰ ਬਰਨਾਲਾ ਜੀ, ਰੰਗੀ ਵਾਲੇ ਕੋਠੇ ਆ। ਠੀਕ ਹੈ, ਲੁਧਿਆਣੇ ਨੂੰ ਰੋਡ ਜਾਂਦਾ ਤੇ ਕੋਲੇ ਸੇਖਾ ਗੇਚੀਆਂ ਪੈਂਦੀਆਂ, ਉਹ ਤੋਂ 1 ਕਿਲੋਮੀਟਰ ਆਪਣੇ ਕੋਠੇ। ਠੀਕ ਹੈ, ਮੋਬਾਈਲ ਨੰਬਰ ਆਪਣਾ ਜੀ 98 153 69 100। 98 153 69 107। ਹਾਂਜੀ, ਤੇਰੀ ਪਹਿਲੇ ਨੰਬਰ ਤੇ ਆਪਾਂ ਵੈੜ ਤਾਜ਼ੀ ਸੂਈ ਦੇਖੀ ਜਾਂਦੇ, ਕਿਹੜਾ ਸੂਆ ਸੂਈ ਹੈ ਜੀ? ਇਹ ਸੂਆ ਦੂਜਾ ਸੂਈ ਹੈ ਜੀ, 6 ਡੰਡਾ ਪਿਓਰ, ਸਵੇਰੇ ਸੂਈ ਹੈ 4 ਵਜੇ। ਠੀਕ ਹੈ, ਜੇ ਜੇਪੇ ਦੀ ਡਾਨਾ ਬਿਲਕੁਲ ਓਕੇ ਮਾਗਾ ਬੱਚਾ ਦਾ। ਕਿੰਨਾ ਬੋਲਾ ਚੋਦਾ ਸਵੇਰੇ ਆਪਾਂ ਦਾ? ਬੋਲਾ ਮੈਂ ਤਾਂ 5 ਕਿਲੋ ਖਾਲੀ ਕਰਿਆ ਸੀਗਾ ਜੀ। ਠੀਕ ਹੈ, ਮਤਲਬ ਚੋਣ ਚਵਾ ਧਾਰਾ ਧੁਰਾ ਓਕੇ। ਮੈਂ ਤਾਂ ਆਪਾਂ ਵੀਡੀਓ 'ਚ ਦਿਖਾਈ ਦਿੱਤੀ ਹੈ ਜੀ, ਚਵਾਈ ਚਵਾਈ ਦੀ ਜੇ ਜੇਪੇ ਦੀ ਫਰਕ ਜੀ ਦੀ ਆਪਣੀ ਫੁੱਲ ਗਾਰੰਟੀ ਹੋਊਗੀ, ਚਾਹੇ ਸਟਾਂਪ ਤੇ ਲਿਖਾ ਕੇ ਲੈ ਜੇ। ਠੀਕ ਹੈ, ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਕੋਈ ਰੱਖ, ਕੋਈ ਮਤਲਬ ਹੀ ਨਹੀਂ। ਇਹਦਾ ਭਾਵ ਯਾਰ ਕੀ ਰੱਖਿਆ ਵਾ? ਭਾਵ ਇਹ ਜੈ ਲਾਉਣਗੇ, ਇੱਕ ਹੱਥ ਬੰਨ ਕੇ ਬੇਨਤੀ ਹੈ ਵੀਰ ਬਣ ਕੇ, ਜਿਹੜੇ ਮੈਂ ਮੁੱਲ ਕਰੂੰਗਾ ਉਹਦੇ 'ਚੋਂ 1000 ਜਾਂ 500 ਰੁਪਏ ਛੋੜ ਹੋਊਗੀ ਭਾਈ, ਬਣ ਕੇ 3000 ਜਾਂ 5000 ਵਾਲਾ ਖੇਚਣਾ ਨਾ ਕਰਿਓ ਫੋਨ ਲਾਉਣ ਦੀ। ਬੜਾ ਫਾਲਤੂ ਪੈਸਾ ਆਪਾਂ ਮੰਗਣਾ ਹੀ ਨਹੀਂ। ਹਾਂ, ਪਹਿਲਾਂ ਹਾਂ ਨਾ ਦਾ ਮੁੱਲ 65000 ਰੁਪਇਆ ਹੋਊਗਾ। ਠੀਕ ਹੈ, ਛੋੜ ਛੱਪਾ ਹੋਗਾ ਤਾਂ। ਹਾਂ, ਛੋੜ ਛੱਪਾ ਕਰ ਦੇਗੇ, ਆਪਣੇ ਮੁੱਲੀ ਇਹਦੇ ਹੋਣਗੇ। ਠੀਕ ਹੈ, ਤੇ ਦੁੱਧ ਕਿੰਨਾ ਮੰਨ ਕੇ ਬੰਦਾ ਪੈਸੇ ਲਾਵੇ? ਤੇ ਭਾਈ 22 ਕਿਲੋ ਦੱਸਿਆ ਮਾਲਕ ਨੇ, 20 ਕਿਲੋ ਦੁੱਧ ਮੰਨ ਕੇ ਪੈਸੇ ਲਾਵੇ। ਬੱਚਾ ਪਿੱਛੇ ਮੇਲ ਕਾਫਾ? ਹਾਂਜੀ, ਮੇਲ ਕਾਫਾ। ਅੱਛਾ, ਦੋਨਾਂ ਪਿੱਛੇ? ਦੋਨਾਂ ਪਿੱਛੇ। ਸੋ ਮੂੰਹ ਮੱਥਾ ਦੇਖੋ, ਦੂਜਾ ਸੂਆ ਵੈੜ ਸੂਈ ਵੀ ਆ, ਪੂਰੀ ਜਵਾਨੀ ਵਾਲੀ ਮੱਛੀ ਆ ਜੀ, ਭਰੀ ਹੋਈ ਵੈੜ, ਪੂਰੀ ਚਵਾਈ ਚਵਾਈ ਦੀ ਹਰ ਇੱਕ ਚੀਜ਼ ਦੀ। ਠੀਕ ਹੈ, ਓਕੇ, ਜੇਰ ਜੱਪੇ ਦੀ ਪੂਰੀ ਸਾਫ ਆ। ਸੋ ਥਣ ਲੈਵਾ ਪੂਰਾ ਓਕੇ, ਮੋਟਾ ਸੋਹਣਾ, ਨਾਣਾ ਨੂਣਾ ਦੇਖ ਲਓ, ਭਾਰਤ ਦਾ ਨਕਸ਼ਾ ਬਣਾਈ ਫਿਰਦੀ ਆ, ਬੜੀਆਂ ਮੋਟੀਆਂ ਪੈਪਾਂ ਦਲੀਆਂ। ਸੋ ਮੋਟਾ ਥਣ ਹਾਥੀ ਚਵਾਈ ਵਾਲਾ, ਕੀਮਤ ਸਿਰਫ ਤੇ ਸਿਰਫ 65000। ਮੰਗਣ ਨੂੰ 75 ਮੰਗ ਲਓ, 80 ਮੰਗ ਲਓ, ਕੀ ਫਾਇਦਾ? ਤੋੜ ਤਰੀਆ ਕਰਨ ਦਾ ਫਾਇਦਾ ਕੋਈ ਨਹੀਂ। ਧਾਰਾਂ ਮਾਰ ਕੇ ਦਿਖਾ ਜਾਵੇ, ਸੂਈ ਸਵਾਈ ਆ, ਜੇਰ ਵਗੈਰਾ ਕੰਮ ਡਾਨਾ, ਤਾਜ਼ੀਆਂ ਸਵੇਰ ਦਾ ਜੂੜਾ ਇਕੱਠੇ ਸੂਇਆ ਵਾ, ਤੇ ਕੱਦ ਕਾਟ ਬੇਲ ਬੂਲ ਬਹੁਤ ਆ ਬੈਠਦੀ। ਹਾਂ, ਵੱਡੀ ਬੁੱਢੀ ਬਹੁਤ ਆ ਜੀ, ਕੋਈ ਵੀ ਰੇ ਨਾ ਮੰਨ ਕੇ ਆਵੇ, ਛੋਟੀ ਹੋ ਗਈ ਫੁੱਲ ਸਹਿਜ ਆ, ਬਾਡੀ ਬਾਂਦਰ ਤੇ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ, ਬੱਚਾ ਮੇਲ ਕਾਫਾ ਬੈਠਦੇ ਪਿੱਛੇ। ਦੂਜਾ ਸੂਆ ਸੂਈਆ ਥਾਣ ਹਵਾਨਾ ਨੇੜ ਤੋਂ ਫੇਰ ਦੇਖ ਸਕਦੇ ਹੋ, ਚਾਰੇ ਥਾਂ ਨਿਖੜਵੇਂ ਸਾਫ਼ ਸੁਥਰੇ ਵਿੱਤੀ ਦੇ, 65000 ਰੁਪਏ ਫਿਕਸ ਪ੍ਰਾਈਜ਼ ਆ, ਛੋਟ ਸੱਪਾ ਹੋ ਜੂਗਾ। ਅੱਗੇ ਦੋ ਨੰਬਰ ਦੇਖੇ ਨੇ ਜਿਹੜੀ, ਇਹ ਕਦੋਂ ਕਸੂਈ ਆ? ਇਹ ਇਕੱਠੀਆਂ ਹੀ ਸੁਣਦੇ ਜੀ, ਬਸ 20-20 ਮਿੰਟ ਦੇ ਫਾਸਲੇ 'ਚ ਸੁਣ ਜਾਂਦੇ ਨੇ। ਠੀਕ ਹੈ, ਜੇ ਜੱਪੇ ਦੁੱਧੇ ਡਾਨੇ ਵੀਡੀਓ ਵੀ ਆਪਣੇ ਕੋਲ ਹੈਗੀਆਂ ਨੇ। ਠੀਕ ਹੈ, ਜੇ ਕੋਈ ਵੀ ਵੀਰ ਆਪਾਂ ਤੋਂ ਚਾਹੇ ਲਿਖਾ ਕੇ ਲਿਜਾ ਸਕਦਾ, ਜੇ ਜੇਰ ਦਾ ਕਤਰਾ ਵੀ ਰਹਿੰਦਾ ਹੋਵੇ ਤਾਂ ਆਪਾਂ ਆਉਣ ਜਾਣ ਦਾ ਕਿਰਾਇਆ ਕਰਾਉਂਦੇ, 2000 ਰੁਪਏ ਵਾਪਸ ਕਰਾਂ। ਠੀਕ ਹੈ, ਦੁੱਧ ਕਿੰਨਾ ਮੰਨ ਕੇ ਲਿਆਵੇ ਬੰਦਾ? ਬਾਬਾ ਜੀ 24 ਕਿਲੋ ਦੱਸਿਆ ਮਾਲਕ ਨੇ ਫਾਰਮ 'ਚੋਂ ਆਈ ਆ ਇਹ। ਠੀਕ ਹੈ, ਬਾਕੀ ਕੋਈ ਵੀ ਵੀਰ ਆ ਨਾ, ਜਿਹੜੀ ਦੁੱਧ ਦੀ ਗੱਲ ਆ ਉਹ ਆਪਦੀ ਕੁਆਲਿਟੀ ਦੇਖ ਕੇ ਵੀ ਆਪਾਂ ਇੰਨਾ ਕੁ ਚੋਲਾਂਗੇ, ਆਪਦਾ ਅੰਦਾਜ਼ਾ ਲਾ ਕੇ ਲਿਜਾ ਸਕਦਾ ਹੈਗਾ। ਆਪਾਂ ਨੂੰ ਜਿਹੜੀ ਚੀਜ਼ ਫਾਰਮਰ ਦੱਸਦਾ ਆਪਾਂ ਉਹੀ ਦੱਸ ਦਿੰਦੇ। ਮੰਨ ਕੇ ਚੱਲੇ ਵੀ 20 ਤੋਂ ਪਾਰ ਵਾਲੀ ਹੈਗੀ ਹੈ, 20 ਤੋਂ ਪਾਰ ਵਾਲੀ ਤਾਂ ਖੁੱਲੀ ਆ ਜਿਹੜੇ ਥਾਣੇ ਕੋਈ ਦੱਸਦਾ ਹਨਾ, ਕਿ ਹੁਣ ਇਹ ਜੀ ਗਾਣੇ 20 ਤੋਂ ਹੀ ਕੱਢਿਆ ਤਾਂ ਫਿਰ ₹65000 ਦਾ ਭਾਈ ਇਹਦਾ ਹੈਗਾ। ਇਹ ਵੀ ਸੂਈ ਸਵਾਈ ਹੈ, ਧਾਰਾਂ ਇਹਦੇ ਵੀ ਓਕੇ, ਜਿੱਥੇ ਮਰਜ਼ੀ ਖੜਾ ਕੇ ਧਾਰਾਂ ਮਾਰੀ ਚੱਲੋ, ਕੋਈ ਡੈਕ ਦੀ ਨਹੀਂ। ਸੋਨਾ ਬੈੜਾ ਨੇ, ਮਤਲਬ
ਕਿਸੇ ਵੀ ਤਰ੍ਹਾਂ ਦਾ ਕੋਈ ਇਹ ਨਹੀਂ ਹੈਗਾ। ਠੀਕ ਹੈ, ਸੋ ਜਿੱਥੇ ਮਰਜ਼ੀ ਖੜਾ ਲਓ ਜਮਾਂ, ਜਿਵੇਂ ਟੈਂਪੂ ਹੁੰਦਾ ਆਪਣੇ ਨਾਂ ਦਾ ਪਿੰਡ ਵੇਚ ਦੀ, ਵੀ 9 ਵਜੇ ਜਿੱਥੇ ਮਰਜ਼ੀ ਰੋਕ ਲਓ, ਉਹ ਸਿਸਟਮ। ਮੈਂ ਕਿਹਾ ਬਾਈ ਯਾਰ ਐ ਸੋਨੇ ਵਰਗੀ ਬੱਚੀ ਆ ਪੂਰੀ, ਚਾਹੇ ਦੋਨੇ ਪਾਸੇ ਬਹਿ ਕੇ ਜਿੱਧਰ ਮਰਜ਼ੀ ਬਹਿ ਜਾ, ਇਹ ਨਹੀਂ ਵੀ ਲੈ ਪੁੱਠੇ ਪਾਸੇ ਬਹਿ ਕੇ ਜਵਾਉਂਦੀ ਆ ਜਮਾਂ। ਸੋ ਅਮਰੀਕਾ ਵਾਲਾ ਕੰਮ ਆ ਵੀ ਸਾਈਡ ਪੁੱਠੀ ਹੋਈ ਜਾਏ, ਦੋਨੇ ਜੀ ਬਹਿ ਕੇ ਚੋ ਸਕਦੇ ਆਰਾਮਦਾਰੀ ਨਾਲ, ਕੋਈ ਦਿੱਕਤ ਹੀ ਨਹੀਂ। ਜਾਇਜ਼ ਗੱਲ ਆ। ਸੋ 65,000 ਦੇ ਵਿੱਚ ਜਿੱਥੇ ਮਰਜ਼ੀ ਖੜਾ ਕੇ ਚੋ, 24 ਕਿਲੋ ਦੁੱਧ ਦੇਊਗੀ। ਜਾਇਜ਼ ਗੱਲ ਆ, ਵੀ 20 ਤੋਂ 12 ਵਾਲੀ ਹੈਗੀ ਆ, 20 ਤੋਂ 12 ਤਾਂ ਖੁੱਲਾ ਹੀ ਦੇਊਗੀ ਬਾਈ ਯਾਰ। ਸੋ ਕੱਦ ਕਾਠ ਵੀ ਚੰਗਾ ਤੇ ਬਾਡੀ ਬਣਤਰ ਵਗੈਰਾ ਚੰਗੀ ਆ, ਸਾਫ ਸੁਥਰੀ ਤੇ ਥਣ ਸੋਹਣਾ, ਹੱਥੀ ਚੋਇਲ ਚਾਹੇ ਭਾਵੇਂ ਮਸ਼ੀਨੀ ਚੋਈ ਕਰ ਲਈਏ ਚਾਹੇ ਹੱਥੀ, ਦੋਨੇ ਟਾਈਪ ਦਾ ਬੈਠ ਤੇ ਥਣ ਲੱਗਿਆ ਵਾ, ਸੂਈ ਸਵਾਈ ਆ ਤੇ ਰੇਟ 65,000 ਜੇ ਕੋਈ ਜੋੜਾ ਲਊ ਤਾਂ ਗੁੰਜਾਇਸ਼ ਇਕੱਠੀ ਹੋ ਜਾਊਗੀ। ਬਸ ਬਾਈ ਜੀ 1,000 ਰੁਪਈਆ ਮਾਨ ਕਰ ਦਾਂਗੇ, ਬਾਹਲਾ ਨਹੀਂ ਹੋਣਾ ਵੀਰ ਬਣ ਕੇ, ਆਪਣਾ ਖਿੱਚਮ ਖਿੱਚ ਵਾਲਾ ਕੰਮ ਹੀ ਆ। ਠੀਕ ਹੈ, ਅੱਗੇ 3 ਨੰਬਰ ਜਿਹੜੀ ਦੇਖੀ ਜਾਂਦੇ ਆਪਾਂ, ਚਾਰ ਬੰਦਾ ਹੀ ਤੁਰ ਪੁੱਤ ਬੱਚੀ, ਪਹਿਲਾ ਸੂਆ ਜਮਾਂ ਪਿਓ, ਬਾਕੀ ਕੋਰ ਦੇ ਦਾ ਜਿਹੜੀ ਬਗਲ ਕਹਾਂਗੇ ਬੰਦਾਂ ਦੀ, ਜੇ ਦੁੱਧੀ ਕਹਾਂਗੇ ਦੁੱਧੀ ਹੋ ਜੇ, ਚੌਕੀ ਕਹਾਂਗੇ ਚੌਕੀ ਹੋ ਜੇ। ਇਹ ਦਿਨ ਕਹਿ ਕੇ ਲੈਂਦੀ ਹੈ ਜੀ, ਦਿਨ ਐ ਮੰਨੋ ਜੀ 5-4 ਕੱਢ ਦੋਗੀ ਹਜੇ, ਬਣਾ ਨੂੰ ਤਾਂ ਚੰਗੀ ਹੈ ਬੱਚੀ ਦੀ। 5-4 ਕ ਦਿਨ ਬਾਕੀ, ਕਿੰਨਾ ਦੁੱਧ ਮੰਨੇ ਬੰਦਾ ਇਹਦਾ? ਪਰ 20 ਮੰਨ ਕੇ ਲੈ ਲੇ, 20 ਮੰਨ ਕੇ ਤਾਂ ਖੁੱਲਾ ਹੀ ਲੈ ਲੇ ਯਾਰ, ਚਮਕ ਦਮਕ ਤੂੰ ਐ ਦੇਖ ਲੈ ਵੀ ਜਿਵੇਂ ਸ਼ੈਨਕ ਬਾਹਰ ਇੰਪੋਰਟਡ ਗਾਈਆਂ ਦੀ ਹੁੰਦੀ ਹੈ ਨਾ, ਉਦਾਂ ਦੀ ਆ। ਸੋ ਥਣ ਫਿਰ ਸਾਰਾ ਆਪਾਂ ਮੋਟਾ ਹੀ ਲੈਣੇ ਆ ਹਨਾ ਬਾਈ ਯਾਰ, ਪਤਾ ਕੀ ਗੱਲ ਆ, ਹੱਥੀ ਚਵਾਈ ਵਾਲਾ ਥਣਾ ਜਾ ਕੇ ਅਗਲੇ ਨੂੰ ਦਿੱਕਤ ਨਹੀਂ ਆਉਂਦੀ। ਜਾਇਜ਼ ਗੱਲ ਆ, ਐਵੇਂ ਚੀਜ਼ਰੀਆਂ ਜਾਂ ਲੈ ਲਾ ਕੀ ਫਾਇਦਾ, ਕੋਈ ਫਾਇਦਾ ਨਹੀਂ ਬਾਈ, ਅਗਲਾ ਭਾਅ ਦੇਖ ਲੈਂਦਾ, 50-55 ਤੋਂ ਜਾ ਕੇ ਨਾ ਚੂਈਆਂ ਜਾਂਦੀਆਂ ਨਾ ਕਰੀਆਂ ਜਾਂਦੀਆਂ, ਹੱਥਾਂ ਤੜਕੇ ਬੁੜੀਆਂ ਕਲੇਸ਼ ਕਰਦੀਆਂ, ਉਹਦਾ ਕੀ ਫਾਇਦਾ? ਸਸਤਾ ਰਹੇ ਬਾਰ ਬਾਰ, ਮਹਿੰਗਾ ਰਹੇ ਇੱਕ ਵਾਰ। ਹਾਂ, ਜਿਹੜਾ ਚੰਗਾ ਡੰਗਰ ਆ ਇਹਨੂੰ ਲਾ ਲਾ ਵੀ, ਜਦੋਂ ਐ ਭਰ ਭੁਰ ਕੀ ਬੱਚੀ ਜਾਂਦੇ ਸੂਏ ਨੂੰ, ਲੱਖ ਵਾਲੀ ਬੱਚੀ ਤਿਆਰ ਹੋਣ ਆਉਂਦੇ, ਰੇਡੀ 15-20 ਰੁਪਏ ਵੱਧ ਜਾਂਦਾ। ਓਏ ਭਾਈ ਮਾਲ ਇਹ ਨਹੀਂ ਪਿੰਡਾਂ 'ਚ ਵੀਰੇ ਕਿਤੇ ਨਹੀਂ ਮਿਲਦੀਆਂ, ਕਣਕ ਸਾਲ ਬਾਅਦ 100 ਰੁਪਏ ਵੱਧਦੀ ਹੈ ਤੇ ਪਸ਼ੂ 15,000 ਵੱਧਦਾ, 15,000 ਵੱਧਦਾ ਵੀਰੇ। ਜਾਇਜ਼ ਗੱਲ ਆ, ਪਸ਼ੂ ਖਤਮ ਹੀ ਹੋ ਚੱਲਿਆ ਮਨ ਕੇ ਦੋਤਾ ਹੋਰ ਆ ਬਾਈ, ਜਿਹੜਾ ਕਾਰੋਬਾਰ ਇੱਥੇ ਕਰਦਾ, ਮੈਂ ਕਹਿੰਦਾ ਵੀ ਅਮਰੀਕਾ ਕੈਨੇਡਾ ਭੱਜਣ ਦੀ ਲੋੜ ਨਹੀਂ, ਜਿਹੜੇ ਹਜੇ 10-12 ਘਰੇ ਲਾਈਆਂ ਤਾਂ ਇੱਥੇ ਸਾਰਾ ਕੁਛ ਆ। ਜਾਇਜ਼ ਗੱਲ ਆ, ਦੁੱਧ ਮਨ ਕੇ ਚੱਲ 10-12 ਚੰਗਾ ਦੁੱਧ ਪਾਦੇ ਕਰਨਗੇ ਹਨਾ। ਸੋ ਥਣ ਥੁਣ ਇਹਦਾ ਵੀ ਮੋਟਾ, ਚਰਖੇ ਦੀ ਪੂਣੀ ਵਰਗਾ, ਠੰਡੀ ਠੁੰਡੀ ਬਹੁਤ ਜ਼ਿਆਦਾ ਆ ਬੱਚੀ, ਮੂੰਹ ਚਾਰ ਦਾਂਦਾ ਜਮਾਂ, ਕਿਉਂ ਚਾਰ ਦਾਂਦ ਬਈ? ਅੱਗੇ 4 ਨੰਬਰ ਜਿਹੜੀ ਮੱਛੀ ਦੇਖੀ ਜਾਂਦੇ ਆਪਾਂ, ਇਹਦਾ ਮੁੱਲ ਦੱਸ ਦਿਓ ਜੀ, ਤਾਂ ਮੁੱਲ ਨਹੀਂ ਦੱਸਿਆ ਆਪਾਂ। ਠੀਕ ਹੈ, ਇਹਦਾ ਕਿੰਨਾ ਦੱਸਿਆ ਆਪਾਂ ਤੈਨੂੰ? ਮੁੱਲ ਹਾਂ ਨਾ 75,000 ਰੁਪਇਆ ਹੋਊਗਾ, ਨਰਮ ਹੋ ਜਾਊਗੀ, ਮਾਨ ਤਾਂ ਹੋ ਜਾਊਗਾ, ਬਾਹਲਾ ਨਹੀਂ ਹੋਣਾ। ਠੀਕ ਹੈ, ਤੇ ਅੱਗੇ ਜਿਹੜੇ ਆਪਾਂ 4 ਨੰਬਰ ਦੇ ਬੈਠ ਦੇਖੀ ਜਾਂਦੇ ਆ, ਦੋ ਦਾਂਦਾ ਜੀ ਪਿਓਰ, ਦੋ ਦਾਂਦਾ ਹਾਂਜੀ, ਤੇ ਪਹਿਲਾ ਸੂਆ ਸੁਣਦੀ ਹੈ? ਹਾਂਜੀ, ਪਹਿਲਾ ਸੁਣਦੀ ਹੈ ਪਿਓਰ, ਦੋ ਦਾਂਦਾ ਫਾਰਮ ਚੋਂ ਆਈ ਆ, ਸੀਮਨ ਵਗੈਰਾ ਦੀ ਡਿਟੇਲ ਦਾ ਸਾਰੀ ਆਪਣੇ ਕੋਲ। ਠੀਕ ਹੈ, ਕਿੰਨਾ ਕੁ ਦੁੱਧ ਪਾ ਦੂਗੀ ਇਹ? ਦੁੱਧ ਬਈ 20 ਤੋਂ 12 ਵਾਲੀ ਇਹ ਨੇ ਸਰ, ਇਹ ਤੇ 15 ਦਿਨ ਹਜੇ ਮਾਲ ਕਰੇ ਸਰ, ਉਹ ਤਾਂ ਬਾਕੀ ਨਹੀਂ। ਦੰਦੋ ਦੋ ਦੰਦਾ ਪਿਓਰ, ਦੋ ਦੰਦਾ ਜੀ, ਦੋ ਦੰਦ ਪਹਿਲਾ ਸੂਆ, ਇਹ ਨਹੀਂ ਹੈਗਾ ਵੀ ਚੌਕੀ ਨਿਕਲ ਜੂ। ਸੋ ਦੋ ਦੰਦ ਪਹਿਲਾ ਸੂਆ, ਲਿੱਸੀ ਨਾਮੀ ਕਿਸੇ ਪਾਸੋਂ ਵੀ ਨਹੀਂ, ਜਿਵੇਂ ਸਾਫ ਸੁਥਰੀ ਸਾਈਨਿੰਗ ਵਗੈਰਾ ਪੂਰੀ ਫੁੱਲਾ ਤੇ ਲੇਵਾ ਵਗੈਰਾ ਦੇਖੋ ਜੇੜ ਤੋਂ। ਦੈਨ ਟੌਪ ਕਲਾਸ ਆ ਬਈ ਯਾਰ, ਸਾਰੀਆਂ ਬੜੀ ਆਪਣੇ ਕੋਲ ਥਾਂਦੇ ਪੈਂਦੀਆਂ, ਕੋਈ ਵੀ ਬੜਾ ਇਹ ਜੀ ਨਹੀਂ ਹੈਗੀ। ਠੀਕ ਹੈ, ਕਿਸੇ ਵੀਰ ਨੂੰ ਕੋਈ ਦਿੱਕਤ ਆਊਗੀ, ਠੀਕ ਹੈ, ਚਾਹੇ ਆਨਲਾਈਨ ਮੰਗਾ ਲਵੇ, ਜਿੰਨੀ ਚੀਜ਼ ਵੀਡੀਓ ਦੇ ਵਿੱਚ ਬੋਲਾਂਗੇ ਉਨੀ ਨਿਕਲੂਗੀ, ਉਨੀ ਨਿਬੜੂਗੀ ਜਮਾਂ। ਹਾਂ ਜਮਾਂ ਨਿਕਲੂਗੀ, 110% ਨਿਕਲੂਗੀ ਵੀਰੇ। ਇਹਦਾ ਫਿਰ ਭਾਅ ਕੀ ਰੱਖਿਆ ਆਪਾਂ? ਇਹਦਾ ਭਾਅ ਵੀ 75,000 ਰੁਪਇਆ ਵੀਰੇ। ਹਾਂ ਨਾ, ਮਾਨਤਾਨ ਹੋ ਜਾਊਗਾ, ਮਾਨਤਾਨ 1,000 ਖੰਡ ਦਾ ਹੋ ਜਾਊ ਵੀਰ ਬਣ ਕੇ, ਬਾਹਲਾ ਨਾ ਘੱਟ ਵੱਧ ਵਾਲਾ ਕੋਈ ਖੇਚਲਾ ਕਰੇ। ਠੀਕ ਹੈ, ਕਿਉਂਕਿ ਚੰਗੇ ਡੰਗਰ ਤੇ ਰਕਮ ਮੈਨੂੰ ਵੀ ਲਾਉਣੀ ਪੈਂਦੀ ਹੈ ਬਈ, ਪੂਰੇ ਦਿਨ ਵੀ ਮੂਰੇ ਲਾਉਣੇ ਪੈਣਗੇ ਹਨਾ। ਜਾਇਜ਼ ਗੱਲ। ਸੋ ਦੋ ਵੇੜਾ ਦਿਖਾ ਦਿਆਂ ਸੂਈਆਂ ਵਿੱਚ ਤਾਜ਼ੀਆਂ, ਦੋ ਦਿਖਾ ਦਿਆਂ ਆਪਾਂ ਗੱਬਣਾ, 75-75 ਦਾ ਬਾਅਦ ਕੱਚੀਆਂ ਵੇੜਾ ਖੜੀਆਂ ਨੇ। ਠੀਕ ਹੈ, ਤੇ ਕਿਸੇ ਵੀਰ ਨੂੰ ਕੋਈ 20 ਦਿਨਾਂ ਦੀ ਕੱਚੀ ਵੇੜਾ ਜੇ ਹੋਵੇ ਉਹ ਵੀ ਮਿਲ ਜਾਣਗੇ। ਠੀਕ ਹੈ, ਉਹ ਆ ਕੇ ਦੇਖ ਲਿਓ, 14 ਬੰਦਿਆਂ ਨੇ ਉਹ ਇਹ ਚਾਰ ਬਣਾ ਦਿਖਾਉਂਦੇ। ਠੀਕ ਹੈ, ਸੋ 98 154 6 7
ਪਿੰਡ ਗੁਰੂ ਰਾਮਦਾਸ ਨਗਰ ਇਹ ਬਰਨਾਲਾ ਸ਼ਹਿਰ ਹੀ ਪੈ ਗਿਆ, ਸੇਖਾ ਰੋਡ ਤੇ ਵੀਡੀਓ ਦੇਖਣ ਲਈ ਸਭ ਦਾ ਤੈਨੂੰ ਪਤਾ ਨਹੀਂ।